ये 2 दिन पुरानी कार है जी, ये भी 4x2। फोर बाय टू मैं काला कलर तो भाई लोकी लब रहे हैं कि 4x2 दा दे दो। ये चिट्टे दी कार पैगी, वाइट रंग दी। हाँ थार वाइट भी लोकी बहुत पसंद कर। अच्छा जी, मैं तुम्हें एक वीडियो दूंगा, तुम कस्टमर को जरूर दिखानी। ਵੇਚ ਆਪਾਂ ਐਡ ਕਰ ਐਡ ਕਰਿਓ ਉਹਦੇ ਵਿੱਚ ਅਸੀਂ ਵਾਈਟ ਗ੍ਰੇ ਸਾਰੀਆਂ ਦੋ ਦੋ ਗੱਡੀਆਂ ਲਾ ਕੇ ਨਾ, ਮਤਲਬ ਸਾਰਾ ਸਾਰੇ ਰੰਗ ਦੀਆਂ ਵੇਚੀਆਂ ਤੁਸੀਂ? ਸਾਰੀਆਂ ਵੇਚੀਆਂ। ਠੀਕ ਆ, ਹੁਣ ਤੁਹਾਨੂੰ ਕਾਰ ਦਿਖਾਵਾਂ। ਰਿਕਾਰਡ ਮੈਂ ਕਹਾਂ ਜੀ, ਗਾਰੰਟੀ ਪੂਰੀ ਰਿਕਾਰਡ ਦੀ ਕਾਰ ਦੀ ਦਿਖਾਓ। 70 ਦੇ ਲੈ ਕੇ? ਹਾਂਜੀ ਹਾਂਜੀ ਮਹਾਰਾਜ, 22000 ਦਾ, ਮਤਲਬ 22000। ਠੀਕ, ਮਤਲਬ ਕੋਈ ਅੱਗੇ ਪਿੱਛੇ ਨਹੀਂ ਹੋਇਆ। ਹਾਂਜੀ ਹਾਂਜੀ, ਮੀਟਰ ਦਿਖਾਓ ਭਾਜੀ ਅੰਦਰੋਂ। ਇੰਟਰ ਲਾਸਟ ਥਾਰ ਵੇਚੀ, ਉਹ ਇਹ ਵੇਚੀ ਆ। ਅੱਛਾ, ਅਮਲੀ ਵੇਚੀ ਆ। ਹਾਂਜੀ, ਇਸ ਤੋਂ ਬਾਅਦ ਥਾਰਾਂ ਬਣਨੀਆਂ, ਨਵੀਆਂ ਸ਼ੁਰੂ ਹੋ ਗਈਆਂ। ਤੇ ਫਿਰ ਆ ਤੁਹਾਡੇ ਤੋਂ ਹੁਣੇ ਲੈ ਜਾਓ ਹਨਾ। ਲੈ ਜਾਓ ਮਹਾਰਾਜ। ਠੀਕ ਆ, ਟਾਇਰ ਮੈਂ ਕਿੰਨੇ ਚੱਲੇ ਆ? ਭਾਜੀ 20000 ਜੈਨੂਨ ਚੱਲੇ ਕਾਰ ਆ। ਛੱਤ ਤੇ ਸਨਰੂਫ ਵੀ ਲਵਾਤਾ ਸੀ ਇਹਦੇ। ਅੱਛਾ, ਇਹਦੇ ਤੇ ਵੀ ਸਨਰੂਫ? ਸਨਰੂਫ ਲੱਗ ਗਿਆ ਨਵੀਂ ਗੱਡੀ 'ਚ ਨਹੀਂ ਆਉਂਦਾ, ਪੁਰਾਣੀ 'ਚ ਲਵਾਤਾ। ਪੁਰਾਣੀ 'ਚ ਲਵਾਤਾ ਸਨਰੂਫ। ਕਿਹੜਾ ਮਾਡਲ ਆ? ਪਹਿਲਾਂ ਤੇ ਲੋਏ ਦਿਖਾਓ ਭਾਜੀ ਨਾਲੋਂ। ਲੋਏ ਚੈੱਕ ਕਰੋ ਇੱਕ ਵਾਰੀ, ਡਿਫਰੈਂਟ ਭਾਜੀ, ਡਿਫਰੈਂਟ ਪੁਆਏ ਹੋਣ ਦੇ ਨਾ। 22 ਇੰਚੀ ਮੈਂ ਨਹੀਂ ਪੁਆਏ ਭਾਜੀ, ਜਿਨ੍ਹਾਂ ਦੀ ਕਾਰ ਉਹਨਾਂ ਨੇ ਪੁਆਏ। ਠੀਕ ਆ। ਅੱਛਾ, 22 ਇੰਚੀ ਅਲੋਏ ਟਾਇਰ ਲੱਗਿਆ ਜੀ, 22 ਹੀ ਮਾਡਲ ਆ। ਠੀਕ ਆ, ਦਸੰਬਰ ਦੀ 22 ਮਾਡਲ ਹੈ। ਗੱਲ ਕਰੀਏ ਚੱਲੀ ਦੀ ਭਾਜੀ, ਅਵਲੀ ਚੱਲੀ ਸਿਰਫ 10000 ਕਿਲੋਮੀਟਰ। 10000 ਤੇ ਡਿਮਾਂਡ? ਡਿਮਾਂਡ ਤੋਂ ਅੱਜ ਅਸੀਂ ਖੜੇ ਆ ਜਲੰਧਰ ਕਾਰ ਵਾਲਿਆਂ ਦੇ। ਜਿਨ੍ਹਾਂ ਨੂੰ ਨਹੀਂ ਪਤਾ ਤਾਂ ਬਾਈ ਜੀ ਦਾ ਚੈਨਲ ਸਰਚ ਕਰ ਲਿਓ, ਜਲੰਧਰ ਕਾਰ, ਤੁਹਾਨੂੰ ਪਤਾ ਲੱਗ ਜਾਊਗਾ। ਅੱਜ ਦੀ ਵੀਡੀਓ ਬਹੁਤ ਹੀ ਧਮਾਕੇਦਾਰ ਹੋਣ ਵਾਲੀ। ਮੈਂ ਕਿਹਾ ਬਾਈ ਜੀ ਅੱਜ ਤਾਂ ਮੁੱਕਦੀ ਨਹੀਂ ਗੱਡੀਆਂ, ਦੇਖ ਸਕਦੇ ਪਿੱਛੋਂ ਤੋਂ ਲੈ ਕੇ ਅੰਦਰ ਤੱਕ, ਹਨਾ। ਹਾਂਜੀ, ਸਾਰੀ ਵੈਰਾਈਟੀ ਭਰੀ ਹੋਈ ਆ। ਮੈਂ ਕਿਹਾ ਸਾਰਾ ਕੁਝ ਹੈ ਜੀ, ਤੇ ਅੱਜ ਆਫਰ ਬੜੇ ਆ ਰਹੇ ਆ ਬਾਈ ਜੀ, ਤਿਉਹਾਰ ਵੀ ਅੱਗੇ ਬੜੇ ਆ ਰਹੇ ਆ। ਆਫਰ ਤੇ ਭਾਈ ਸਾਰੀ ਰਹੀਦੀ ਆ। ਹਾਂ, ਆਫਰ ਸਦਾ ਰਹੀਦੀ ਆ, ਕਸਟਮਰ ਨੂੰ ਆਪਾਂ ਖੁਸ਼ ਰੱਖੀਦਾ। ਠੀਕ, ਤੁਹਾਨੂੰ ਪਤਾ ਹੀ ਹੈ ਜੀ, ਸਭ ਤੋਂ ਵਧੀਆ ਕਾਰ ਹੈ। ਠੀਕ ਆ, ਲੋਐਸਟ ਬਜਟ ਹੈ, ਪਰ ਇਸ ਕਾਰ ਦੀ ਕੁਆਲਿਟੀ ਹੈ। 17 ਮਾਡਲ ਹੈ, ਸਿਰਫ 22000 ਚੱਲੀ। ਸਿਰਫ 22000? ਹਾਂਜੀ, ਆਓ ਇੱਕ ਵਾਰ ਤੁਹਾਨੂੰ ਕਾਰ ਦਿਖਾਵਾਂ। ਰਿਕਾਰਡ ਮੈਂ ਕਹਾਂ ਜੀ, ਗਾਰੰਟੀ ਪੂਰੀ ਰਿਕਾਰਡ ਦੀ, ਕਾਰ ਹੀ ਦਿਖਾਓ। 70 ਦੇ ਲੈ ਕੇ? ਹਾਂਜੀ ਹਾਂਜੀ ਮਹਾਰਾਜ, 22000 ਦਾ, ਮਤਲਬ 22000। ਠੀਕ, ਮਤਲਬ ਕੋਈ ਅੱਗੇ ਪਿੱਛੇ ਨਹੀਂ ਹੋਇਆ। ਹਾਂਜੀ ਹਾਂਜੀ, ਮੀਟਰ ਦਿਖਾਓ ਭਾਜੀ। ਅੰਦਰੋਂ ਇੰਟੀਰੀਅਰ ਦੇਖ ਸਕਦੇ ਹੋ, ਸੀਟਾਂ ਵਗੈਰਾ ਸਾਰੀਆਂ ਨਵੀਆਂ ਹੈਗੀਆਂ, ਬਿਲਕੁਲ ਸਾਫ ਸੁਥਰੀ ਗੱਡੀ ਹੈਗੀ ਹੈ, ਕੱਚ ਵਰਗੀ। ਤੇ ਹੁਣ ਗੱਲ ਕਰੀਏ ਬਾਈ ਜੀ ਰੇਟ ਦੀ। ਰੇਟ ਫੋਨ ਤੇ ਨਾ ਕਰੀਏ। ਹਾਂ, ਇਹ ਜਦੋਂ ਕੋਈ ਆਏਗਾ ਇੱਥੇ ਤੇ ਤੁਹਾਡਾ ਮਾਣ ਚਾਣ ਤੁਹਾਨੂੰ ਪਤਾ ਹੀ ਹੈ ਭਾਈ। ਠੀਕ ਆ, ਅਸੀਂ ਕਰ ਹੀ ਦੇਣਾ। ਵੈਸੇ ਸਾਡੀ ਇਹਦੀ ਡਿਮਾਂਡ 5,90,000 ਰੁਪਏ। ਇੱਕੋ ਰੇਟ? ਇੱਕ ਰੇਟ ਨਹੀਂ ਕਰਨਾ ਆਪਾਂ, ਮਾਨ ਕਰ ਦੇਵਾਂਗੇ। ਕਰਤਾ ਹੈ ਤੁਹਾਡਾ 95 ਪਟੀ ਕਾਰ। ਅੱਛਾ ਜੀ, ਅੱਜਕੱਲ ਟ੍ਰੈਂਡ ਆ ਗਿਆ ਹਰ ਲੇਡੀਜ਼ ਨੂੰ, ਹਰ ਘਰ ਦੇ ਵਿੱਚ ਆਟੋਮੈਟਿਕ ਦੀ ਡਿਮਾਂਡ ਸਾਰੀ। ਹਾਂ, ਆਟੋਮੈਟਿਕ ਦੀ ਹਨਾ, ਹਰ ਬੰਦਾ ਲੇਡੀਜ਼ ਵੀ ਚਲਾ ਸਕਦੀ ਆ। ਹਾਂ, ਇਹ ਕਾਰ 22 ਮਾਡਲ ਹੈ, 20,000 ਚੱਲੀ ਹੈ ਜੀ। ਨੰਬਰ VIP ਲਗਾ ਇਹਨੂੰ ਵੀ। ਹਾਂ, 8181 ਚੱਲੀ। ਕਿੰਨੀ ਹੋਊਗੀ? ਚੱਲੀ ਸਿਰਫ 20000 ਜੀ। ਸਿਰਫ 20000 ਜੀ, ਕੰਪਨੀ ਰਿਕਾਰਡ ਓਰੀਜਨਲ ਓਰੀਜਨਲ ਜੀ। ਠੀਕ ਆ, ਸਾਰੀ ਕਾਰ ਦੇ ਸੀਟ ਕਵਰ ਤੁਸੀਂ ਕਾਰ ਅੰਦਰੋਂ ਇੰਟੀਰੀਅਰ ਚੋਂ ਦਿਖਾ ਦਿਓ। ਠੀਕ ਆ ਜੀ, ਦਿਖਾਓ ਗੱਡੀ ਭਾਈ। ਗੱਡੀ ਸਾਰੀ ਸਾਫ ਸੁਥਰੀ ਆ, ਕੱਚ ਵਰਗੀ ਗੱਡੀ ਆ, ਕਿਤੋਂ ਵੀ ਕਮੀ ਨਹੀਂ ਨਿਕਲਣੀ, ਸਕ੍ਰੈਚਲੈਸ ਗੱਡੀ ਆ ਨਾ। ਬਿਲਕੁਲ ਜੀ ਬਿਲਕੁਲ। ਇਸ ਕਾਰ ਦੀ ਭਾਜੀ 9,25,000 ਰੁਪਏ ਦੀ ਕਾਰ ਹੈ। ਠੀਕ ਆ, ਅਸੀਂ ਇੱਕ ਮੇਜ਼ ਦੀ ਨਾ, 3 ਸਾਡੇ ਕੋਲ ਮੇਜ਼ ਆਈਆਂ ਸੀ ਇੱਕ ਵਾਰੀ। ਅੱਛਾ ਜੀ, ਅਸੀਂ 3 ਮੇਜ਼ ਦੀਆਂ ਵੀਡੀਓਜ਼ ਪਾਈਆਂ ਇੱਕੋ ਜਗ੍ਹਾ ਖੜੀਆਂ ਕਰਕੇ। ਹਾਂ, ਤੇ ਉਸ ਵੀਡੀਓ ਦੇ ਉੱਤੇ ਮਤਲਬ ਹਰ ਕਸਟਮਰ ਸਾਡੇ ਕੋਲ ਆ ਕੇ ਮੰਗਦਾ ਸੀ ਵੀ ਭਾਜੀ ਇਹ ਮੇਜ਼ ਲੈ ਕੇ ਆਓ। ਮੈਂ ਉਹੀ ਹੈ ਵੈਰਾਈਟੀ ਆਪਣੇ, ਤੁਸੀਂ ਇਕੱਲੀ ਗੱਡੀ ਇੱਕ ਹੀ ਨਹੀਂ ਰੱਖਦੇ, ਉਹਦੇ ਨਾਲ ਦੀਆਂ ਕਿੰਨੀਆਂ ਗੱਡੀਆਂ। ਹਾਂ ਬਿਲਕੁਲ, ਇਦਾਂ ਹੀ ਚਾਹੀਦਾ, ਇਦਾਂ ਹੀ, ਤਾਂ ਕਿ ਕਸਟਮਰ ਨੂੰ ਚੁਆਇਸ ਮਿਲ ਜਾਵੇ। ਬਿਲਕੁਲ ਜੀ ਬਿਲਕੁਲ। I20 ਦੇਖੋ ਸਾਡੇ ਕੋਲ। ਹਾਂ, I20 ਕਲਰ ਭਾਜੀ ਤੁਸੀਂ ਚੁਣ ਕੇ ਲਿਆਉਂਦੇ ਆ ਨਾ ਗੱਡੀਆਂ ਦੇ ਕਲਰ, ਨਾਲੇ ਵੱਡੀ ਗੱਲ ਚੱਲੀ 4000। ਠੀਕ ਆ, 22 ਮਾਡਲ ਹੈ, ਦਸੰਬਰ ਮਹੀਨੇ ਦੀ ਕਾਰ ਹੈ ਜੀ, ਸਪੋਰਟਸ ਮਾਡਲ ਪੈਟਰੋਲ ਤੇ। ਠੀਕ ਆ ਜੀ, 4000 ਚੱਲੀ ਹੈ ਜੀ। ਓਕੇ, 7.5 ਲੱਖ ਰੁਪਏ ਦੀ ਕਾਰ ਦੇ ਦੇਵਾਂਗੇ ਜੀ। 7.5 ਲੱਖ ਦੀ ਕਾਰ ਦੇ ਦੇਵਾਂ। ਮਾਡਲ ਨੰਬਰ ਚੈੱਕ ਕਰਾਓ ਪਹਿਲਾਂ। ਠੀਕ ਆ, ਨੰਬਰ ਚੈੱਕ ਕਰੋ ਭਾਜੀ, ਨੰਬਰ ਬਹੁਤ ਜੈਨੂਅਲ ਪੇਡ ਰਹਿੰਦੇ, 9900 ਕੋਈ, 2100 ਕੋਈ, ਹਨਾ। ਹਾਂਜੀ ਹਾਂਜੀ, ਹੁਣ ਤੁਹਾਨੂੰ ਇੱਕ ਕਾਰ ਹੋਰ ਦਿਖਾਉਣ ਜਾ ਰਹੇ ਹਾਂ। ਠੀਕ ਆ, ਵੀਡੀਓ ਦਿਖਾਓ ਭਾਜੀ ਇਸ ਕਾਰ ਦੇ ਉੱਤੇ। ਅੱਛਾ, ਸਕੋਰਪੀਓ? ਸਕੋਰਪੀਓ, ਫਿਰ ਸਕੋਰਪੀਓ ਨਾਲੇ ਭਾਜੀ, ਇਹ ਕਰਨਲ ਦੀ ਕਾਰ ਹੈ ਜੀ। ਅੱਛਾ ਜੀ, 2015 ਮਾਡਲ। ਇਸ ਕਾਰ ਦੇ ਮਤਲਬ ਹਰ ਕਸਟਮਰ ਨੂੰ ਇਸ ਕਾਰ ਦੀ ਡਿਮਾਂਡ ਹੈ। ਨੰਬਰ ਯੋਕੋ ਮਲੇ, ਨੰਬਰ ਫਿਰ 16 16 16, ਯੋਕੋ ਮਲੇ ਟਾਇਰ, ਕੈਪਟਨ ਸੀਟਸ। ਠੀਕ ਆ, 11.5 ਲੱਖ ਰੁਪਏ ਇਸ ਕਾਰ ਦੀ ਸਾਡੀ ਡਿਮਾਂਡ ਹੈ, ਸਿਰਫ 11.5 ਲੱਖ। ਗੱਡੀ ਚਲਾ ਕੇ ਦਿਖਾਤੀ ਨਾ? ਗੱਡੀ ਚਲਾ ਕੇ ਦਿਖਾਤੀ, ਕਾਰ ਨੀਟ ਐਂਡ ਕਲੀਨ। ਮੈਂ ਹੁਣ ਕਿਹਾ ਭਾਜੀ ਗੱਡੀ ਚਲਦੀ ਹੈ, ਉਦਾਂ ਹੀ ਕਸਟਮਰ ਆਵੇ ਗੱਡੀ ਲੈ ਜਾਏ ਲਾ ਕੇ, ਹਨਾ। ਠੀਕ ਆ, ਉਹ ਆ ਗਈ ਹੁਣ ਭਾਜੀ। ਆ ਮੈਨੂੰ ਭੁਲੇਖਾ ਪੈ ਗਿਆ ਸੀਗਾ ਬ੍ਰੇਜ਼ਾ ਗੱਡੀ ਦਾ, ਪਰ ਹੈਗੀ ਹੈ ਟੋਇਟਾ ਵਾਲਿਆਂ ਦੀ। ਹਾਂਜੀ ਹਾਂਜੀ, ਟੋਇਟਾ ਦੀ, ਇਹਨੂੰ ਕਹਿੰਦੇ ਜੀ ਅਰਬਨ ਕੂਲਰ। ਠੀਕ ਆ, ਇਹ ਟੌਪ ਮਾਡਲ ਆ, ਪ੍ਰੀਮੀਅਮ ਸੈਗਮੈਂਟ ਆ। 2021 ਮਾਡਲ, 22000 ਚੱਲੇ। ਓਕੇ, ਕਾਰ ਇਹ ਵੀ ਆਟੋ ਹੈ ਜੀ। ਠੀਕ ਆ ਜੀ, ਇਸ ਕਰਕੇ ਦਿਖਾ ਰਿਹਾ ਕਿਉਂਕਿ ਆਟੋ ਕਾਰ ਦੀ ਰਿਕੁਆਇਰਮੈਂਟ ਹਰ ਕਸਟਮਰ ਨੂੰ ਕਰਦੀ ਹੈ, ਹੁਣ ਆਟੋਮੈਟਿਕ ਹੀ ਚੱਲ ਰਿਹਾ। ਆਟੋਮੈਟਿਕ ਹੀ, ਹਾਂਜੀ ਹਾਂਜੀ। ਤੇ ਹੁਣ ਗੱਲ ਕਰੀਏ ਇਹਦੇ ਰੇਟ ਦੀ। ਇਹਦਾ ਰੇਟ ਬ੍ਰਦਰ ਤੁਹਾਨੂੰ ਅਸੀਂ ਦੇ ਦੇਵਾਂਗੇ ਜੀ, 10,65,000 ਰੁਪਏ ਦੀ। 10,65,000 ਭਾਈ, ਆਟੋਮੈਟਿਕ ਦਾ ਇਹ ਵੀ ਫਾਇਦਾ ਹੁੰਦਾ ਨਾ, ਜਦੋਂ ਕੋਈ ਵੀ ਚਲਾ ਸਕਦਾ, ਹਨਾ। ਬਿਲਕੁਲ, ਆਪਣੇ ਮੇਰੇ ਵਰਗੇ ਜਿਹਨੂੰ ਗੱਡੀ
ਨਹੀਂ ਚਲਾਉਂਦੇ ਹੁੰਦੇ ਉਹ ਵੀ ਚਲਾ ਲਊਗਾ ਆਟੋਮੈਟਿਕ ਐਕਟਿਵਾ ਵਰਗੀ ਆ ਹਾਂ ਐਕਟਿਵਾ ਵਰਗੀ ਆ ਪਰ ਰੇਸ ਬ੍ਰੇਕ ਹੀ ਆ ਨਾ ਬਾਈ ਜੀ ਬਾਹਰ ਤਾਂ ਗੱਡੀਆਂ ਹਜੇ ਆਪਾਂ ਸ਼ੁਰੂਆਤ ਕਰਤੀ ਵੀਡੀਓ ਦੀ ਜਿਹੜਾ ਆਪਾਂ ਮੇਲਾ ਲੁੱਟਣਾ ਸੀ ਗੱਡੀਆਂ ਦਾ ਤੁਸੀਂ ਕਹਿੰਦੇ ਸੀ ਅੰਦਰ ਦਿਖਾਉਂਗਾ ਜਾ ਕੇ ਵੀ ਰੂਹ ਖੁਸ਼ ਹੋ ਜੂਗੀ ਉਹ ਕਿਹੜੀ ਗੱਡੀ ਆ ਫਿਰ ਆਓ ਫਿਰ ਤੁਹਾਨੂੰ ਰੂਹ ਭਾਜੀ ਕਰੋ ਫਿਰ ਸਟਾਰਟ ਕਾਲੀ ਘੋੜੀ ਦੇਖੋ ਕਾਲੀ ਘੋੜੀ ਮੈਂ ਕਿਹਾ ਪਿੰਡਾਂ ਵਾਲਿਆਂ ਦੀ ਫੇਵਰੇਟ ਗੱਡੀ ਹੈ ਨਾ ਹਾਂਜੀ ਹਾਂਜੀ ਹਾਂ ਦੱਸੋ ਦੇਖੋ ਇਹਦੇ ਚ ਭਾਜੀ 22 ਮਾਡਲ ਆ ਪਹਿਲਾਂ ਤੇ ਲੋਏ ਦਿਖਾਓ ਭਾਜੀ ਨੂੰ ਪਰ ਲੋਏ ਚੈੱਕ ਕਰੋ ਇੱਕ ਵਾਰੀ ਡਿਫਰੈਂਟ ਭਾਜੀ ਡਿਫਰੈਂਟ ਪੋਏ ਹੈ ਨਾ 22 ਇੰਚੀ ਮੈਂ ਨਹੀਂ ਪੋਏ ਭਾਜੀ ਜਿਨ੍ਹਾਂ ਦੀ ਕਾਰ ਉਹਨਾਂ ਨੇ ਪੋਏ ਠੀਕ ਆ ਅੱਛਾ 22 ਇੰਚੀ ਅਲੋਏ ਟਾਇਰ ਲੱਗਿਆ ਜੀ 22 ਹੀ ਮਾਡਲ ਆ ਠੀਕ ਆ ਦਸੰਬਰ ਦੀ 22 ਮਾਡਲ ਆ ਗੱਲ ਕਰੀਏ ਚੱਲੀ ਦੀ ਭਾਜੀ ਅਵਲੀ ਚੱਲੀ ਸਿਰਫ 10000 ਕਿਲੋਮੀਟਰ 10000 ਤੇ ਡਿਮਾਂਡ ਡਿਮਾਂਡ ਇਹਦੀ 20 ਲੱਖ ਰੁਪਏ ਜੀ 20 ਲੱਖ ਰੁਪਏ ਦੀ ਦੇ ਸਰਵਿਸ ਇਹਦੀ ਹਾਲੇ ਕੰਪਨੀ ਚੋਂ ਕੱਲ ਹੋਈ ਆ ਠੀਕ ਆ 6-7000 ਰੁਪਏ ਜੋ ਲੱਗਾ ਕੰਪਨੀ ਤੋਂ ਹੁਣ ਕੁਝ ਨਹੀਂ ਕਰਾਣਾ ਤੁਸੀਂ 3 ਸਾਲ ਦੀ ਇਹਦੀ ਇੰਸ਼ੋਰੈਂਸ ਜਿੱਦਾਂ ਕੰਪਨੀ ਬਣਵਾਉਂਦੀ ਆ ਉਦਾਂ ਹੀ ਆ ਹੁਣ ਗੱਲ ਕਰੀਏ ਚਿੱਟੀ ਘੋੜੀ ਦੀ ਚਿੱਟੀ ਘੋੜੀ ਵੀ ਨਾਲ ਉਹਦੇ ਇਹ ਭਾਜੀ ਵੱਡਾ ਇੰਜਨ ਜਿਹੜਾ ਪਹਿਲਾਂ ਆਉਂਦਾ ਸੀ ਵਿੱਚ ਅੱਛਾ ਜੀ ਇਹ ਉਹ ਹੈਗਾ ਨਵਾਂ ਕਲਾਸਿਕ ਇਹ ਹੈਗੀ ਸਕੋਰਪੀਓ S9 S9 ਹੈਗੀ ਆ S9 ਇਹ ਕੀ ਮਾਡਲ ਹੈ ਜੀ ਹਾਂ 35000 ਚੱਲੀ ਆ ਠੀਕ ਆ ਓਰੀਜਨਲ ਓਰੀਜਨਲ ਦੀ ਗਾਰੰਟੀ ਹੈ ਜੀ ਕਾਰ ਦੀ ਵੀ ਗਾਰੰਟੀ ਹੈ ਪੇਪਰਾਂ ਦੀ ਠੀਕ ਆ ਚੱਲਣ ਦੀ ਵੀ ਗਾਰੰਟੀ ਹੈ ਉਹਨੂੰ ਵੀ ਲਾਈਟਰ ਲੱਗੇ ਆ ਤੁਸੀਂ ਨਿਗਾਹ ਕਰਾਓ ਲਾਈਟਰ ਅਲਰਟ ਵੈਰ ਪਾਉਣਾ ਹੀ ਪਾਉਣਾ ਇਹ ਗੱਡੀਆਂ ਨੂੰ ਜੱਚਦੇ ਆ ਜੇ ਸਕੋਰਪੀਓ ਹੋ ਗਈ ਤੇ ਇਹਨੂੰ ਤੇ ਲਾਈ ਪਾਇਆ ਇਹਦੇ ਚ ਲੋਏ ਨਾ ਪਾਏ ਤਾਂ ਗੱਲ ਨਹੀਂ ਬਣਦੀ ਹਾਂਜੀ ਹਾਂ ਇਹਦਾ ਰੇਟ 18.5 ਲੱਖ ਰੁਪਏ ਸਾਡੀ ਆਸਕਿੰਗ ਹੈ ਜੀ ਬਾਕੀ ਜੋ ਵਤਨ ਮਾਨ ਹੋ ਸਕਦਾ ਆ ਦੇਖਣ ਆ ਨਾ ਦੇਖ ਲਓ ਤੁਹਾਡੇ ਨਾਲ ਪਿਆਰ ਬਣਿਆ ਹੋਇਆ ਤੇ ਘੱਟ ਤੁਸੀਂ ਪਿਛਲੀ ਵਾਰੀ ਵੀ ਵਾਦਾ ਕਰਾਤਾ ਸੀ ਅੱਧੀ ਟੈਂਕੀ ਦਾ ਠੀਕ ਆ ਸਾਰੇ ਜਣੇ ਆ ਕੇ ਟੈਂਕੀ ਫੁੱਲ ਮੰਗਲ ਆਪੇ ਅੱਛਾ ਪਰ ਅਸੀਂ ਇਸ ਵਾਰੀ ਵਾਦਾ ਨਹੀਂ ਕਰਨਾ ਪਰ ਤੁਹਾਡਾ ਮਾਨ ਜ਼ਰੂਰ ਕਰਾਂਗੇ ਮਾਨ ਜ਼ਰੂਰ ਕਰਾਂਗੇ ਹੁਣ ਆ ਗਈ ਫਿਰ ਮਹਿੰਦਰਾ ਦੀ ਮੈਂ ਕਿਹਾ ਭਾਜੀ ਮੇਰੇ ਹਿਸਾਬ ਨਾਲ ਮੈਨੂੰ ਨਹੀਂ ਲੱਗਦਾ ਜਿਸ ਹਿਸਾਬ ਨਾਲ ਫੋਟੋ ਲੱਗੀ ਨਾ ਜਲੰਧਰ ਕਾਰ ਦੀ ਮੈਨੂੰ ਤਾਂ ਐ ਲੱਗਾ ਸੀਗਾ ਖਰੇ ਕਿ ਮੈਂ ਮਹਿੰਦਰਾ ਵਾਲਿਆਂ ਦੇ ਸ਼ੋਰੂਮ ਖੜਾ ਜਿੰਨਾ ਤੁਸੀਂ ਮਹਿੰਦਰਾ ਦਾ ਓ ਮਾਈ ਗੋਡ ਨਾ ਇਦਾਂ ਨਾ ਕਰਿਆ ਕਰੋ ਤੁਸੀਂ ਮਹਿੰਦਰਾ ਦਾ ਨਾ ਅੱਜ ਕੱਲ ਸਾਰਿਆਂ ਦੇ ਦਿਲ ਦੀ ਧੜਕਣ ਬਣ ਗਈ ਹਾਂ ਮਹਿੰਦਰਾ ਮਹਿੰਦਰਾ ਜਿਹੜਾ ਕਸਟਮਰ ਆਂਦਾ ਭਾਜੀ ਥਾਰ ਹੈਗੀ ਠੀਕ ਆ ਮੈਂ ਤੁਹਾਨੂੰ ਦਿਖਾਣਾ ਥਾਰਾ ਹਾਂ ਲਾਈਨ ਹੀ ਲੱਗੀ ਪਈ ਹੈ ਠੀਕ ਆ ਜੀ ਸਕੋਰਪੀਓ ਹੈਗੀ ਐਕਸਯੂਵੀ 7 ਡਬਲ ਹੈਗੀ ਕਸਟਮਰ ਹੀ ਸਿਰਫ ਭਾਜੀ ਇਸ ਟਾਈਮ ਮਹਿੰਦਰਾ ਮਹਿੰਦਰਾ ਲਗਜ਼ਰੀ ਮਾਡਲ ਹਾਂ ਸਭ ਤੋਂ ਟਾਪ ਹਾਂ AX7 ਠੀਕ ਆ ਲਗਜ਼ਰੀ ਕਾਰ ਹੈ ਭਾਜੀ ਇਹ ਵਾਲੀ ਓਕੇ ਇਹ ਚੱਲੀ ਸਿਰਫ 11000 ਕਿਲੋਮੀਟਰ 11000 ਨੰਬਰ ਤੇ ਚੈੱਕ ਕਰਾਓ PB 63001 ਪੇੜ ਨੰਬਰ ਪੇੜ ਨੰਬਰ ਠੀਕ ਆ ਡਿਮਾਂਡ ਡਿਮਾਂਡ ਇਹਦੀ ਭਾਜੀ 26.5 ਲੱਖ ਰੁਪਏ 26 ਲੱਖ ਰੁਪਏ 26.5 ਲੱਖ 26.5 ਲੱਖ 50000 ਰੁਪਏ ਠੀਕ ਆ ਤੇ ਇਹਦੇ ਚ ਸਾਡੇ ਕੋਲ AX5 ਮਾਡਲ ਵੀ ਹੈਗਾ ਜੀ ਕੋਈ ਕਸਟਮਰ ਸਾਨੂੰ ਕੱਲ ਦਾ ਨੋਟ ਕਰਾ ਗਿਆ ਉਹ ਗੱਡੀ ਸਿਰਫ ਚੱਲੀ 12000 12000 ਉਹ ਵੀ 22 ਮਾਡਲ ਹੈ ਉਹ AX5 ਆ ਆਪਣੇ ਘਾਟੇ ਗੱਡੀਆਂ ਚੱਲੀਆਂ ਹੁੰਦੀਆਂ ਕੀ ਮਤਲਬ ਚੱਕਰ ਹੈ ਸਾਡਾ ਸ਼ੌਂਕ ਹੈ ਸਾਡਾ ਟੇਸਟ ਹੈ ਅੱਛਾ ਟੇਸਟ ਹੈ ਸਾਡੇ ਕੋਲ ਕਸਟਮਰ ਕਲਾਇੰਟ ਜਿੱਦਾਂ ਦੀ ਨਾ ਭਾਜੀ ਉਹ ਗੱਡੀ ਅਸੀਂ 21.5 ਲੱਖ ਰੁਪਏ ਡਿਮਾਂਡ ਰੱਖੀ ਹੈ ਜੋ ਵੱਧ ਤੋਂ ਵੱਧ ਮਾਨ ਹੋਏਗਾ ਉਹ ਆਪਾਂ ਕਰਾ ਦੇਵਾਂਗੇ ਠੀਕ ਆ ਤੇ ਦੋਸਤੋ ਜੇਕਰ ਉੱਚੇ ਮਾਡਲ ਦੀਆਂ ਗੱਡੀਆਂ ਲੈਣੀਆਂ ਨਾ ਜਲੰਧਰ ਦੇ ਵਿੱਚ ਜਲੰਧਰ ਕਾਰ ਵਾਲਿਆਂ ਦੀ ਮਿਲਣੀ ਆ ਹਨਾ ਹਾਂਜੀ ਔਰ ਤੁਸੀਂ ਅੱਗੇ ਆਓ ਤੁਹਾਨੂੰ ਥਾਰ ਦਿਖਾਈਏ ਬਾਈ ਜੀ ਜਿਹੜਾ ਆਪਣਾ ਮੇਨ ਫਰੇਮ ਦੇ ਵਿੱਚ ਬਈ ਫਰੇਮ ਦੇ ਵਿੱਚ ਪੂਰੀ ਦਿਖਾਓ ਥਾਰ 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 ਪਿੱਛੇ ਥਾਰਾਂ ਹੀ ਦਿਖਣੀਆਂ ਹੁਣ ਪਹਿਲਾਂ ਨੰਬਰ ਚੈੱਕ ਕਰਾਓ ਭਾਈ ਨੂੰ ਠੀਕ ਆ 0064 ਤੇ ਮੈਂ ਕਿਹਾ ਬਾਈ ਜੀ ਥਾਰਾਂ ਨਾਲ ਪਿਆਰ ਆ ਆਪਣਾ ਥਾਰ ਲਵਰ ਆ ਮਹਾਰਾਜ ਥਾਰ ਲਵਰ ਜਲੰਧਰ ਤੋਂ ਨਾਮ ਵਜਦਾ ਮਹਾਰਾਜ ਠੀਕ ਆ ਥਾਰਾਂ ਦਾ ਜਲੰਧਰ ਕਾਰ ਵਾਲਿਆਂ ਨੇ ਥਾਰਾਂ ਵੇਚਦੇ ਠੀਕ ਆ ਕਰੀਏ ਪਹਿਲੀ ਆ ਵਾਲੀ ਥਾਰ ਕਿਹੜੀ ਹੈ ਕਾਲੇ ਰੰਗ ਦੀ ਕਾਲੇ ਰੰਗ ਦੀ 22 ਮਾਡਲ ਠੀਕ ਆ ਆਟੋਮੈਟਿਕ 10000 ਚੱਲੀ 10000 ਚੱਲੀ ਸਿਰਫ 10000 ਚੱਲੀ ਹਾਂ ਸੀਟ ਕਵਰ ਆਟੋਫਾਰਮ ਦੇ ਬ੍ਰਾਂਡਡ ਆਟੋਫਾਰਮ ਦੇ ਸੀਟ ਕਵਰ ਕੰਪਨੀ ਦਾ ਮੈਟ ਕੰਪਨੀ ਦਾ ਹਰ ਚੀਜ਼ ਠੀਕ ਆ ਹਰ ਚੀਜ਼ ਦੀ ਗਾਰੰਟੀ ਭਾਜੀ ਇਹ ਕਾਰ ਦਾ 17.5 ਲੱਖ ਡਿਮਾਂਡ ਹੈ ਜੀ ਜਿਹੜਾ ਤੁਹਾਡੇ ਕੇ ਵੀਡੀਓ ਦੇਖਿਆ ਹੈਗਾ ਉਹਦੇ ਵਾਸਤੇ ਕਾਰ ਹੈ 17.25 ਲੱਖ ਰੁਪਏ ਠੀਕ ਆ ਮੈਂ ਆਪਸ਼ਨ ਬਾਈ ਜੀ ਨੇ ਆਪਾਂ ਇਕੱਲੀ ਇੱਕ ਥਾਰ ਨਹੀਂ ਦਿਖਾਉਣੀ ਥਾਰਾਂ ਉਹ ਆ ਜਿਹੜੀਆਂ ਮਰਜ਼ੀ ਆਪਸ਼ਨ ਹਾਂਜੀ ਹਾਂਜੀ ਮਾਰੇ ਤੁਸੀਂ ਹਾਂ ਥਾਰ ਦਿਖਾਓ ਜੀ ਇਕੱਲੀ ਮੈਂ ਤਾਂ ਹੀ ਆ ਕੇ ਪਹਿਲਾਂ ਗਿਆ ਸੀਗਾ ਕਿ ਮਹਿੰਦਰਾ ਵਾਲੇ ਦੇ ਸ਼ੋਰੂਮ ਦੇ ਵਿੱਚ ਐਂਟਰ ਕਰ ਲਿਆ ਮੈਂ ਇੱਕ ਥਾਰ ਦਿਖਾਓ ਭਾਜੀ ਆ ਵਾਲੀ ਗ੍ਰੇ ਕਲਰ ਦੀ ਹਾਂ ਇਹ ਵੀ 4x4 ਹੈ ਜੀ ਠੀਕ ਆ ਜੀ 4x4 ਦੇ ਵਿੱਚ ਇਹ ਕਾਰ ਮੈਨੂਅਲ ਹੈ ਇਸ ਕਾਰ ਦੀ ਸਾਡੀ ਡਿਮਾਂਡ 15.5 ਲੱਖ ਰੁਪਏ ਜੀ ਇੰਜਨ ਗੇਅਰ ਦੀ ਫੁੱਲ ਸਾਰੀ ਉਹ ਤਾਂ ਗਰੰਟ ਨਵੀਂ ਆ ਕੰਪਨੀ ਗਾਰੰਟੀ ਦਿੱਤੀ ਨਾ ਦੀ ਫਰਕ ਹੀ ਨਹੀਂ ਪੈਂਦਾ 3 ਸਾਲ 4 ਸਾਲ ਦੀ ਗਾਰੰਟੀ ਕੰਪਨੀ ਵੱਲੋਂ ਆ ਕੰਪਨੀ ਵੱਲੋਂ ਆ ਕੱਲ ਨੂੰ ਕੋਈ ਚੀਜ਼ ਖਰਾਬ ਹੋ ਗਈ ਤੁਹਾਡੀ ਤੇ ਤੁਸੀਂ ਕੰਪਨੀ ਤੋਂ ਫ੍ਰੀ ਚੇਂਜ ਕਰਾ ਸਕਦੇ ਠੀਕ ਆ ਤੇ ਹੁਣ ਜਿੱਦਾਂ ਮੰਨ ਲਓ ਥਾਰ ਆਪਣੀਆਂ ਗੱਡੀਆਂ ਨੇ ਇਹਦੇ ਤੇ ਲੋਨ ਕਰਾਉਣਾ ਹੋਵੇ ਤਾਂ ਕਿੰਨੇ ਦਾ ਲੋਨ ਤੇ ਅੱਜਕੱਲ ਭਾਜੀ ਹਰ ਬੈਂਕ ਦਿੰਦੀ ਹੈ ਹਾਂ ਬੰਦੇ ਦਾ ਜਿਹੜਾ ਸਿਬਲ ਆ ਸਿਬਲ ਪ੍ਰੋਫਾਈਲ ਆ ਠੀਕ ਆ ਉਹ ਹਰ ਚੀਜ਼ ਬੈਂਕ ਦੀ ਸਟੇਟਮੈਂਟ ਵਗੈਰਾ ਪ੍ਰੋਪਰ ਹੋਵੇ ਉਹ ਤੁਸੀਂ ਅੱਧੇ ਘੰਟੇ ਦੇ ਵਿੱਚ ਲੋਨ ਕਰਾ ਸਕਦੇ ਠੀਕ ਆ ਜੀ ਹੁਣ ਮੰਨ ਲਓ ਕੋਈ ਲੋਨ ਕਰਾਉਂਦਾ ਡਾਕੂਮੈਂਟ ਕਿਹੜੇ ਕਿਹੜੇ ਚਾਹੀਦੇ ਆਪਾਂ ਨੂੰ ਡਾਕੂਮੈਂਟਸ ਦੇ ਵਿੱਚ ਭਾਜੀ ਇਹਦੇ ਚ ਆ ਜਾਣੀ ਹੈ ਜਿਸ ਦਾ ਤੁਹਾਡੇ ਪਹਿਲਾਂ ਦੇ ਆਧਾਰ ਕਾਰਡ ਪੈਨ ਕਾਰਡ ਪਾਸਪੋਰਟ ਸਾਈਜ਼ ਫੋਟੋ 6 ਮਹੀਨੇ ਦੀ ਸਟੇਟਮੈਂਟ ਘਰ ਦਾ ਬਿਜਲੀ ਦਾ ਬਿੱਲ ਜੇ ਕਿਸੇ ਕੋਲ ਰਿਟਰਨਸ ਵਗੈਰਾ ਜਿਹੜਾ ਇਨਕਮ ਟੈਕਸ ਪਈ ਹੈ ਉਹ ਹੋਏਗਾ ਤੇ ਉਹਦਾ ਇੰਟਰਸਟ ਥੋੜਾ ਜਿਹਾ ਘੱਟ ਲੱਗ ਜਾਂਦਾ ਮਤਲਬ ਆਧਾਰ ਕਾਰਡ ਪੈਨ ਕਾਰਡ ਵਾਲੀ ਗੱਡੀ ਲੈ ਜਾਓ ਹੈ ਲੈ ਜਾਓ ਠੀਕ ਆ ਜੀ ਰਾਈਡਰ ਠੀਕ ਆ ਹਾਈ ਰਾਈਡਰ
ਹਰ ਬੰਦਾ ਤੁਹਾਡੇ ਤੇ ਫੇਤ ਨਹੀਂ ਕਰ ਸਕਦਾ, ਤੁਸੀਂ ਵੀ ਹਰ ਬੰਦੇ ਤੇ ਫੇਤ ਨਹੀਂ ਕਰ ਸਕਦੇ ਕਿਉਂਕਿ ਅੱਜ ਕੱਲ ਫਰੋਡ ਬਹੁਤ ਚੱਲ ਰਿਹਾ। ਹਾਂਜੀ ਫਰੋਡ ਚੱਲ ਰਿਹਾ। ਸਾਡੀ ਇੱਕ ਕੋਸ਼ਿਸ਼ ਇਹ ਹੁੰਦੀ ਹੈ ਵੀ ਜਿੱਥੇ ਤੱਕ ਕਾਰ ਅਸੀਂ ਪਜਾ ਦਈਏ ਸਾਡੇ ਕੋਲ ਸਰਵਿਸ ਦੇ ਹੋ ਜੇ। ਓਕੇ, ਕਿਸੇ ਨੂੰ ਘਰ ਬੈਠੇ ਕਾਰ ਚਾਹੀਦੀ ਅਸੀਂ ਘਰ ਵੀ ਭੇਜ ਦਿੰਦੇ ਹਾਂ। ਠੀਕ ਆ ਜੀ, ਅਸੀਂ ਡਿਲੀਵਰ ਕਰ ਦਿੰਦੇ ਹਾਂ। ਇਹਨੀ ਸਰਵਿਸ ਦਿੰਦੇ ਹਾਂ। ਹਾਂਜੀ ਹਾਂਜੀ ਠੀਕ ਆ। ਹੁਣ ਗੱਲ ਕਰੀਏ 4x2 ਦੀ ਗ੍ਰੇ ਦੀ। ਗ੍ਰੇ ਦਾ ਨਾ ਹੁਣ ਰੇਟ ਤੁਹਾਨੂੰ ਪਤਾ ਲੱਗ ਸ਼ਾਇਦ ਨਹੀਂ ਲੱਗਾ। ਅੱਛਾ ਜੀ, ਇਹਦਾ ਰੇਟ 48,000 ਰੁਪਏ ਕੋਸਟ, ਕੰਪਨੀ ਨੇ ਮਹਿੰਗੀ ਕਰਤੀ। ਕਦੋਂ ਵਧਿਆ ਭਾਜੀ ਇਹ? ਲਾ ਲਓ 10 ਤਰੀਕ ਤੋਂ ਵਧਿਆ ਜੀ। 10 ਤਰੀਕ ਤੋਂ ਵਧਿਆ, ਮਤਲਬ ਵੈਸੇ ਆਪਾਂ ਜਦੋਂ ਪਹਿਲਾਂ ਵੀਡੀਓ ਪਾਈ ਸੀ ਤਾਂ ਜਦੋਂ ਸਟਾਰਟਿੰਗ 'ਚ ਆਈ ਸੀ ਥਾਰ ਕਿ 13-14 ਆਪਾਂ ਇੱਕ ਵਾਰੀ ਦੇਖ ਕੇ ਕਲੀਅਰ ਕਰਦੀ ਆ ਹਨਾ। 13 ਲੱਖ ਤੋਂ ਉਦੋਂ ਸ਼ੁਰੂ ਹੋਈ, ਬਾਅਦ 'ਚ ਇਹ 13 ਵਾਲੀ 14 'ਚ ਵਿਕਦੀ ਸੀ, ਹੁਣ 14 ਦੀ ਆ, 14 ਵਾਲੀ 15 ਦੀ ਵਿਕਰੀ ਸੀ। ਠੀਕ ਆ, ਹੁਣ 15 ਵਾਲੀ 50,000 ਵੱਧ ਹੋ ਗਈ, ਹੁਣ 15-50 ਦੀ ਵਿਕੂਗੀ। 15-50 ਦੀ ਵਿਕੂਗੀ। ਇਹਦਾ ਆਪਣਾ ਰੇਟ ਕਿੰਨਾ ਹੈ? ਇਹ 15 ਦੀ ਵੀ ਅਲਾ ਸੇਲ ਕਰ ਰਹੇ ਸੀਗੇ ਆਪਾਂ, ਇਹਦੇ 'ਚ 20,000 ਦੀ ਸੈਸਰੀ ਲੱਗੀ ਹੈ। ਠੀਕ ਆ ਜੀ, ਆਰਮ ਰੈਸਟ ਲੱਗੀਆਂ, ਕੈਮਰਾ ਲੱਗਾ, ORVM ਲੱਗੇ, ਸਕਾ ਪਲੇਟਸ ਲੱਗੀਆਂ, ਵੈਕਿਊਮ ਕਲੀਨਰ ਨਾਲ ਦਿੰਦੇ ਆ, ਬੋਡੀ ਪੇਡ ਨੰਬਰ ਸਾਰੇ ਵਧੀਆ ਲਵਾਈ ਦੇ ਜੀ, ਨੰਬਰ ਸਾਰੇ ਲੋਕਲ। ਹਾਂਜੀ, ਆਪਣੀ ਕੋਸ਼ਿਸ਼ ਹੁੰਦੀ ਹੈ ਵੀ ਕਸਟਮਰ ਨੂੰ ਅਸੀਂ ਵਧੀਆ ਤੋਂ ਵਧੀਆ ਨੰਬਰ, ਵਧੀਆ ਤੋਂ ਵਧੀਆ ਚੀਜ਼ ਵਿਦ ਅਸੈਸਰੀ ਦੀ। ਮਤਲਬ ਪਹਿਲਾਂ ਹੀ ਇੰਨੀ ਮਹਿੰਗੀ ਗੱਡੀ ਖਰਚਾ ਨੇ ਉੱਤੇ ਹੋਵੇ ਸਾਰਾ ਕੁਝ ਕਰਾ ਕੇ 15 ਲੱਖ ਦੀ ਪਹਿਲਾਂ ਵੇਚਦੇ ਸੀ। ਠੀਕ ਆ, ਹੁਣ ਇਹਦਾ ਰੇਟ 15,50,000 ਹੋ ਜਾਣਾ ਜੀ ਡਿਮਾਂਡ। ਠੀਕ ਆ, ਜੋ ਮੌਕੇ ਤੇ ਮਾਣ ਹੋਇਆ ਉਹ ਕਰ ਦਾਂਗੇ। ਠੀਕ ਆ, ਹੁਣ ਆ ਗਈ ਫਿਰ ਕਾਲੇ ਰੰਗ। ਇਹ 2 ਦਿਨ ਪੁਰਾਣੀ ਕਾਰ ਹੈ ਜੀ, ਇਹ ਵੀ 4x2। 4x2 ਮੈਂ ਕਾਲਾ ਕਲਰ ਤਾਂ ਭਾਈ ਲੋਕੀ ਲੱਭ ਰਹੇ ਆ ਕਿ 4x2 ਦਾ ਦੇ ਦਿਓ। ਇਹਦੇ ਚਿੱਟੇ ਦੀ ਘਾਟ ਪੈ ਗਈ, ਵਾਈਟ ਰੰਗ ਦੀ। ਹਾਂ, ਥਾਰ ਵਾਈਟ ਵੀ ਲੋਕੀ ਬਹੁਤ ਪਸੰਦ ਕਰਦੇ ਆ। ਅੱਛਾ ਜੀ, ਮੈਂ ਤੁਹਾਨੂੰ ਇੱਕ ਵੀਡੀਓ ਦਊਗਾ, ਤੁਸੀਂ ਕਸਟਮਰ ਨੂੰ ਜ਼ਰੂਰ ਦਿਖਾਣੀ ਵਿੱਚ ਆਪਾਂ ਐਡ ਕਰ ਦਿਆਂਗੇ। ਐਡ ਕਰਿਓ, ਉਹਦੇ ਵਿੱਚ ਅਸੀਂ ਵਾਈਟ, ਗ੍ਰੇ ਸਾਰੀਆਂ ਦੋ ਦੋ ਗੱਡੀਆਂ ਲਾ ਕੇ ਨਾ, ਮਤਲਬ ਥਾਰਾ ਸਾਰੇ ਰੰਗ ਦੀਆਂ ਵੇਚੀਆਂ ਤੁਸੀਂ, ਸਾਰੀਆਂ ਵੇਚੀਆਂ ਜੀ। ਠੀਕ ਆ, ਹੁਣ ਗੱਲ ਕਰੀਏ ਇਹਦੀ ਡਿਟੇਲ। ਦੇਖੋ ਕਿੰਨਾ ਸੋਹਣਾ 13-21। ਠੀਕ ਆ, 13-21 ਮੈਂ ਉਹ ਨੰਬਰ ਤਾਂ ਤੁਸੀਂ ਚੁਣ ਕੇ ਲਿਆਂਦੇ ਹੋਣੇ ਗੱਡੀਆਂ ਤੇ, ਭਾਵੇਂ ਇਹ ਨਹੀਂ ਥਾਰ ਸਕੋਰਪੀਓ, ਭਾਵੇਂ ਜਿਹੜੀ ਮਰਜ਼ੀ ਗੱਡੀ ਲੈ ਲਓ, ਇਹਦੀ ਵੀ 15.5 ਡਿਮਾਂਡ ਹੈ ਜੀ। ਜੋ ਵੱਧ ਤੋਂ ਵੱਧ ਮਾਨ ਹੋ ਸਕਦਾ ਹੈ ਇਹਦੇ 'ਚ ਆਪਾਂ ਕਰਵਾ ਦਾਂਗੇ। ਠੀਕ ਆ, ਮੈਨੂਅਲ ਹੈ ਦੋਨੋਂ ਕਾਰਾਂ, ਇਹਦੇ 'ਚ ਪੈਟਰੋਲ ਵੀ ਆਉਂਦੀ ਹੈ 4x2, ਪੈਟਰੋਲ 'ਚ ਇੱਕੋ ਹੀ ਵੇਰੀਐਂਟ ਆਉਂਦਾ ਇਹਦੇ। ਓਕੇ, ਉਹ ਆਟੋਮੈਟਿਕ 'ਚ ਪੈਟਰੋਲ ਦੇ ਵਿੱਚ, ਉਹਦਾ ਅੱਜ ਦਾ ਰੇਟ ਵੈਸੇ ਕੰਪਨੀ ਦਾ 16,25,000। ਅੱਛਾ ਜੀ, ਉਹ 28,000 ਮਹਿੰਗੀ ਹੋਈ ਹੈ ਕਾਰ। ਉਹ ਕਾਰ ਹੁਣ ਜਿੱਦਾਂ ਥੋੜੀ ਹੋਰ ਮਹਿੰਗੀ ਵਿਕੇਗੀ, ਉਹਦੀ ਵੀ ਵੇਟਿੰਗ ਹੈ ਕਾਰ ਦੀ, ਅਸੀਂ ਉਹ ਵੀ ਪ੍ਰੋਵਾਈਡ ਕਰਾ ਦਿੰਦੇ। ਠੀਕ ਆ, ਇਹ ਕਿੰਨੀ ਚੱਲੀ ਸੀ ਆਪਣੀ? 0 ਮੀਟਰ ਹੀ ਹੈ। 0 ਮੀਟਰ ਹੀ ਹੈ, 0 ਮੀਟਰ ਹੈ, 0 ਮੀਟਰ। ਮਤਲਬ ਗੱਡੀ ਇਧਰੋਂ ਕਢਾਣੀ ਹੈ ਤਾਂ ਪਹਿਲੇ ਕਿਲੋਮੀਟਰ ਤੁਸੀਂ ਡਰਾਈਵ ਕਰਕੇ ਜਾਓ। ਮੈਂ ਕਿਹਾ ਜੀ ਘਰ ਤੁਸੀਂ ਗੁਰਦੁਆਰੇ ਮੱਥਾ ਤੁਸੀਂ ਟਿਕਾਣਾ, ਅਸੀਂ ਨਹੀਂ ਟਿਕਾਇਆ। ਉਹ ਏਜੰਸੀ ਉਹ ਲੈ ਲਓ, ਏਜੰਸੀ ਲੈ ਕੇ ਇੱਥੇ ਖੜੀ ਕਰਤੀ ਹੈ। ਹਾਂ, ਜਿਹੜਾ ਤੁਹਾਡੀ ਵੀਡੀਓ ਦੇਖਿਆ ਹੈਗਾ, ਉਹਨੇ ਇੱਕ ਵੈਕਿਊਮ ਕਲੀਨਰ ਕੰਪਨੀ ਲੜਾਂ ਦਾ, ਇੱਕ ਬਾਡੀ ਕਵਰ ਤੇ ਵਧੀਆ ਡਿਲੀਵਰੀ ਕਰਕੇ ਦੇਵਾਂਗੇ ਜੀ। ਮੈਂ ਕਿਹਾ ਚੁੰਨੀ ਲਾ ਕੇ ਲਾਲ ਕੇਕ ਕੱਟ ਕੇ, ਮਤਲਬ ਕੰਪਨੀ ਵਾਲੇ ਵੀ ਇੰਨੀ ਵਧੀਆ ਡਿਲੀਵਰੀ ਕਰਦੇ ਹੋਣੇ। ਮੈਂ ਕਿਹਾ ਅਸੀਂ ਅੱਜ ਕੱਲ ਤੇ ਹਾਰ ਲਾਣਾ ਸ਼ੁਰੂ ਕਰਤਾ। ਅੱਛਾ ਜੀ, ਜਿਹੜਾ ਵੱਡੀਆਂ ਗੱਡੀਆਂ ਨੂੰ ਲੋਕੀ ਹਾਰ ਲਾਉਂਦੇ ਆ, ਪੀਐਮ ਨੂੰ, 5 ਸੀਰੀਜ਼ ਨੂੰ, ਤੁਹਾਨੂੰ ਇੱਕ ਵੀਡੀਓ ਦਊਂਗਾ, ਤੁਸੀਂ ਵਿੱਚ ਜ਼ਰੂਰ ਐਡ ਕਰਨਾ। ਠੀਕ ਆ, ਜ਼ਰੂਰ ਕਰਕੇ ਦੇਵਾਂਗੇ ਤੇ ਗੱਡੀ ਲੈ ਜਾਓ ਥਾਰ 4x2। ਜਿਹੜੇ ਵੀ ਵੀਡੀਓ ਦੇਖ ਰਹੇ ਨੇ ਇੱਕ ਵਾਰੀ ਆ ਕੇ ਗੱਡੀਆਂ ਦੇਖ ਲਿਓ ਭਾਜੀ। ਮੈਂ ਕਹਿੰਦਾ ਇੱਕ ਵਾਰੀ ਆ ਕੇ ਨਾ ਗੱਡੀ ਲੈ ਵਗੈਰ ਜਾਣਾ ਹੀ ਨਹੀਂ ਕਿਸੇ ਨੇ। ਚਲੋ, ਤੁਹਾਡੀ ਵਿਸ਼ੀ ਸਾਹਿਬ ਮਹਾਰਾਜ, ਪਹਿਲਾਂ ਜਿਹੜੇ ਤੁਹਾਡੇ ਪੁਰਾਣੇ ਕਸਟਮਰ ਨੇ, ਤੁਹਾਡਾ ਪਿਆਰ ਤੁਹਾਡੇ ਨਾਲ ਜੁੜਿਆ ਆ, ਤੁਹਾਡਾ ਮਾਣ ਤੇ ਸਾਰੇ ਕਰਦੇ ਨੇ। ਹਾਂਜੀ, ਤੇ ਸਾਰੇ ਜਣੇ ਤੁਹਾਨੂੰ ਦੇਖਣ 'ਚ ਵੀ ਤਰਸਦੇ ਨੇ ਕਿ ਚੰਨ ਭਾਜੀ ਆਣਗੇ, ਸਾਡਾ ਚੰਨ ਚੜੇਗਾ, ਗੱਡੀ ਲਿਆ, ਕੀ ਬਾਤ ਹੈ, ਨਾਲੇ ਥਾਰਾ ਦਿਖਾਏਗਾ ਚੰਨ ਸਾਡਾ। ਠੀਕ ਆ, ਹੁਣ ਆ ਗਈ ਫਿਰ ਕਾਲੀ ਚੰਨ ਜੀ, ਇਹ ਵਿਕੀ ਆ। ਠੀਕ ਆ ਜੀ, ਵਿਕੀ ਆ, ਥਾਰ ਦੀ ਸਾਨੂੰ ਸਹੀ ਆ ਗਈ ਹੈ। ਹਾਂ, ਫਿਰ ਵੀ ਆਪਾਂ ਡਿਟੇਲ ਦੱਸ ਦਈਏ, ਇਹ ਆਟੋਮੈਟਿਕ ਸੀਗੀ ਜੀ, 2022-20 ਮਾਡਲ। ਠੀਕ ਆ ਜੀ, ਇਹ 15 ਲੱਖ ਦੀ ਸੇਲ ਹੋਈ ਜੀ, 20 ਮਾਡਲ ਆਟੋਮੈਟਿਕ। ਚੱਲੀ ਕਿੰਨੀ ਸੀ ਇਹ? ਚੱਲੀ ਸੀਗੀ 46,000। ਹਾਂ, ਤੇ ਨਾਲੇ ਦੋਸਤੋ ਮੈਂ ਗੱਲ ਕਹਿ ਦਵਾਂ, ਦੇਖੋ ਹੁਣ ਆਹ ਵਿਕ ਗਈ ਆ, ਇਸ ਤੋਂ ਪਹਿਲਾਂ ਉਹ ਵੀ ਵਿਕ ਜਾਣ,
ਫੋਨ ਕਰ ਲਓ ਹਨਾ, ਨੰਬਰ ਸਕਰੀਨ ਤੇ ਚੱਲ ਰਹੇ ਨੇ, ਸਕਰੀਨ ਤੇ ਚੱਲ ਰਹੇ ਨੇ, ਇੰਸਟਾਗ੍ਰਾਮ ਸਾਡੀ ਆਈਡੀ ਠੀਕ ਆ ਜੀ, ਤੁਹਾਨੂੰ ਰੂਪ ਭਾਜੀ ਦਿਖਾਣਗੇ ਸਾਈਡ ਤੇ ਦੇ ਦੇਣਗੇ, ਉੱਥੇ ਵੀ ਆਪਾਂ ਨੂੰ ਇਹ ਗੱਡੀਆਂ ਸਾਰੀਆਂ ਮਿਲ ਜਾਣਗੀਆਂ, ਆਪਣਾ ਬੀਐਸਐਫ ਚੌਂਕ ਤੋਂ ਰਾਈਟ ਸਾਈਡ ਤੇ ਹੁੰਦੇ ਲਾਡੋ ਵਾਲੀ ਰੋਡ ਤੇ ਠੀਕ ਆ, ਜਲੰਧਰ ਕਾਰਸ ਦੇ ਨਾਮ ਤੇ ਸ਼ੋਰੂਮ ਹੈ, ਗੂਗਲ ਤੇ ਸਰਚ ਕਰੋ ਮੈਪ ਭਾਈ, ਹੁਣ ਮੈਂ ਵਿੱਚ ਟੋਕ ਰਿਹਾ, ਆ ਤਾਂ ਹੋ ਗਈਆਂ ਉੱਚੇ ਮਾਡਲ ਦੀ ਥਾਰਾ, ਆਪਣੇ ਤੋਂ ਵੀਡੀਓ ਦੇ ਵਿੱਚ ਇੱਕ ਥਾਰ ਲਿਆਂਦੀ ਆ ਉਹ ਆਪਾਂ ਦਿਖਾਣੀ ਜ਼ਰੂਰ ਆ, ਜਿਨ੍ਹਾਂ ਦਾ ਬਜਟ ਹੈ ਨਾ ਘੱਟ ਆ, ਪੁਰਾਣੀ ਥਾਰ ਦੀ ਵੀ ਬਹੁਤ ਡਿਮਾਂਡ ਆ ਜੀ ਵੀ ਦੋਸਤੋ, ਦੋ ਥਾਰਾਂ ਓਲਡ ਸ਼ੇਪ ਆ ਜੀ, ਨਿਊ ਸ਼ੇਪ ਹਨਾ, ਅੱਜ ਮੈਂ ਕਿਹਾ ਸ਼ੌਂਕ ਥਾਰ ਦਾ ਪੂਰਾ ਕਰ ਹੀ ਦੇਣਾ ਹੈ ਨਾ, ਜ਼ਰੂਰੀ ਨਹੀਂ ਨਵੀਂ ਲੈ ਕੇ ਜਾਓ, ਸਾਰੇ ਕਸਟਮਰ ਖੁਸ਼ ਕਰੋ ਆਪਣੇ, ਕਿਉਂਕਿ ਕਸਟਮਰ ਤੁਹਾਡੇ ਵੀਡੀਓ ਦੇਖ ਕੇ ਆਉਂਦੇ ਬਹੁਤ ਜ਼ਿਆਦਾ ਆ, ਓਲਡ ਇਜ਼ ਗੋਲਡ, ਇਹ ਤਾਂ ਭਾਜੀ 20,000 ਚੱਲੀ ਕਾਰ, ਠੀਕ ਆ 2020 ਮਾਡਲ, ਪੁਰਾਣੀ ਸ਼ੇਪ 20,000 ਚੱਲੀ ਆ, ਹਾਂਜੀ 20,000 ਚੱਲੀ, ਲਾਇਟਰ ਚ ਕਰਾਓ, ਕਾਗਜ਼ ਤੇ ਲਿਖ ਕੇ ਰਿਟਰਨ ਚ ਦੋਗੇ, ਬਿਲਕੁਲ ਜੀ, ਮਾਰੇ ਪੂਰਾ ਪੂਰਾ ਰਿਕਾਰਡ, ਫੋਨ ਆ ਜਾਣੇ ਆ, ਮੈਂ ਕਿਹਾ ਮੈਂ ਸੁਣਨ ਨੂੰ ਤਿਆਰ ਆ, ਗਰੰਟੀ ਸਾਡੀ ਤਿਆਰ ਆ, ਚਲੋ ਦੱਸੋ ਫਿਰ ਡਿਟੇਲ ਦੀ, ਡਿਟੇਲ ਇਹਦੀ ਜੀ ਸੈਕਿੰਡ ਓਨਰ ਕਾਰ ਆ ਜੀ, ਹਾਂ 20,000 ਚੱਲੀ ਆ, ਠੀਕ ਆ 20 ਮਾਡਲ ਆ, ਜਿਹੜੀ ਕਹਿੰਦੇ ਨਾ ਮਹਿੰਦਰਾ ਨੇ ਲਾਸਟ ਥਾਰ ਵੇਚੀ, ਉਹ ਇਹ ਵੇਚੀ ਆ, ਅੱਛਾ ਅਮਲੀ ਵੇਚੀ ਆ, ਹਾਂਜੀ, ਇਸ ਤੋਂ ਬਾਅਦ ਥਾਰਾਂ ਬਣਨੀਆਂ ਨਵੀਆਂ ਸ਼ੁਰੂ ਹੋ ਗਈਆਂ, ਤੇ ਫਿਰ ਆ ਤੁਹਾਡੇ ਤੋਂ ਹੁਣੇ ਲੈ ਜਾਓ ਹਨਾ, ਲੈ ਜਾਓ ਮਾਰਾ, ਠੀਕ ਆ, ਟਾਇਰ ਮੈਂ ਕਿੰਨੇ ਚੱਲੇ ਆ ਭਾਜੀ, 20,000 ਜਨੂ ਚੱਲੇ ਕਾਰ, ਛੱਤ ਤੇ ਸਨਰੂਫ ਵੀ ਲਵਾਤਾ ਸੀ ਇਹਦੇ, ਅੱਛਾ ਇਹਦੇ ਤੇ ਵੀ ਸਨਰੂਫ, ਸਨਰੂਫ ਲੱਗ ਗਿਆ, ਨਵੀਂ ਗੱਡੀ ਚ ਨਹੀਂ ਆਂਦਾ, ਪੁਰਾਣੀ ਚ ਲਵਾਤਾ ਸਨਰੂਫ, ਬੇਟਾ ਅੰਦਰ ਦਿਖਾ, ਆਓ ਇੱਕ ਵਾਰੀ ਗੱਡੀ ਅੰਦਰ ਚੈੱਕ ਕਰਾ, ਅੰਦਰ ਲੈਦਰ ਦਾ, ਉਹ ਮੈਂ ਕਿਹਾ ਭਾਜੀ ਇਹ ਤਾਂ ਨਵੀਂ ਨਾਲ ਵੀ ਜ਼ਿਆਦਾ ਇੰਟੀਰੀਅਰ ਇਹਦਾ ਵਧੀਆ ਜ਼ਿਆਦਾ, ਮਾਰਾ ਇਨੋਵਾ ਕ੍ਰਿਸਟਾ ਦੀਆਂ ਸੀਟਾਂ ਲੱਗੀਆਂ ਇਹ ਚ, ਅੱਛਾ ਛੱਤ ਚੈੱਕ ਕਰਾਓ, ਟਾਇਰਾਂ ਦਾ ਸਾਈਜ਼ ਭਾਈ, ਇਹ ਟਾਇਰ ਕਿਹੜੇ ਪਏ, ਮੈਂ ਕਿਹਾ ਵੱਖਰੇ ਹੀ ਪਏ ਆ ਇਹਦੇ ਚ ਹਨਾ, ਭਾਈ ਆਫ ਰੋਡਿੰਗ ਵਾਲੇ ਮੈਕਸਿਸ ਦੇ ਟਾਇਰ ਆ ਨਾ ਭਾਜੀ, ਠੀਕ ਆ, ਟਾਇਰ ਵੀ ਨਵੇਂ ਆ, ਜਮਾਂ ਹੀ ਬ੍ਰਾਂਡ ਨਿਊ, ਜੀ ਜੀ ਜੀ, ਪਿੱਛੇ ਦੇਖੋ ਗੱਡੀ, ਗੱਡੀ ਐਂਡਰੋਇਡ ਪਲੇਅਰ, ਅੱਛਾ ਨਾਲੇ ਵੈਸੇ ਵੀ ਭਾਜੀ ਦੋਨੋਂ ਚਾਬੀਆਂ, ਪੁਰਾਣੀ ਦੀ ਰੀਸ ਤਾਂ ਨਵੀਂ ਗੱਡੀਆਂ ਵੀ ਨਹੀਂ ਕਰਦੀਆਂ, ਨਹੀਂ ਕਰ ਇਹ ਜਾਣ ਹੈ, ਹਾਂ ਜਾਣ ਸ਼ੁਰੂਆਤ ਇੱਥੇ ਹੀ ਕੀਤੀ ਫਿਰ ਗੱਡੀ, ਮਾਰੇ ਮਹਿੰਦਰਾ ਫਿਰ, ਹਾਂ ਮਹਿੰਦਰਾ ਇਸ ਵੱਡੇ ਇੰਜਨ ਤੋਂ ਤੇ ਕਾਮਯਾਬ ਹੋਈ ਹੈ, ਠੀਕ ਆ, ਤੇ ਹੁਣ ਗੱਲ ਕਰੀਏ ਰੇਟ, ਮਤਲਬ ਜਿਹੜਾ ਇਹ, ਨਾਲੇ ਭਾਜੀ ਗੱਲ ਦੱਸਦਾ, ਇਹ ਗੱਡੀ ਨਾ ਜਿਹੜਾ ਹੁਣ ਨਵੀਂ ਸ਼ੇਪ ਤਾਂ ਆਏਗੀ ਆ, ਇਹ ਸ਼ੌਂਕ ਵਾਲੀ ਆ, ਸ਼ੌਂਕ ਵਾਲੀ, ਇਹ ਸ਼ੌਂਕ ਨਾਲ ਹੀ ਕੋਈ ਸ਼ੌਂਕੀ ਬੰਦਾ ਹੀ ਲੈ ਕੇ ਜਾ ਸਕਦਾ, ਕਲਰ ਦੇਖੋ ਕਿੰਨਾ ਪਿਆਰਾ, ਜੈਨੂਨ ਕਲਰ ਦੇਖੋ, ਕਲਰ ਦੀ ਓਰੀਜਨੈਲਿਟੀ ਦੇਖੋ, ਹਾਂ ਇਹ ਕਾਰ ਦਾ ਅਸੀਂ ਪ੍ਰਾਈਸ ਰੱਖਿਆ 8,90,000 ਰੁਪਏ, 8,90,000 ਦਾ, ਬਿਲਕੁਲ ਭਾਈ, ਨਵੀਂ ਥਾਰ ਜਾਂਦੀ ਹੋਵੇ ਆ ਜਾਂਦੀ ਹੋਵੇ, ਨਿਗਾਹ ਇਹਦੇ ਤੇ ਪੈਣੀ ਆ, 2,00,000 ਦੀ ਅਸੈਸਰੀ ਲੱਗੀ ਇਹਨੂੰ, 2,00,000 ਦੀ ਅਸੈਸਰੀ, ਅਲੋਏ ਟਾਇਰ, ਅੱਛਾ ਜੀ, ਅੰਦਰ ਵੁਡਨ ਵਰਕ, ਲੈਦਰ ਵਰਕ, ਸੀਟਾਂ, ਸਾਰੀਆਂ ਬਿਗ ਟੋਏ, ਬਿਗ ਡੈਡੀ ਟੋਏ ਤੋਂ ਤਿਆਰ ਹੋਈ ਹੈ, ਠੀਕ, ਬਿਗ ਡੈਡੀ ਮੋਡੀਫਾਈ ਵਾਲਿਆਂ, ਹਾਂਜੀ ਹਾਂਜੀ ਹਾਂਜੀ, ਉਹਨਾਂ ਨੂੰ ਤਿਆਰ ਹੋਈ ਕਾਰ, ਠੀਕ ਆ, ਤੇ ਮੈਂ ਉਹੀ ਗੱਲ ਕਹੀ ਜਿੱਦਾਂ ਹੁਣ ਦੋਵੇਂ ਗੱਡੀਆਂ ਲੈ ਜਾਈਏ, ਰੋਡ ਤੇ ਨਿਗਾਹ ਇਹਦੇ ਤੇ ਪੈਣੀ ਆ, ਉਹਦਾ ਆਪਣਾ ਮਜ਼ਾ ਭਾਜੀ, ਇਹਦਾ ਆਪਣਾ ਮਜ਼ਾ, ਇਹਦਾ ਆਪਣਾ ਮਜ਼ਾ ਆ, ਹੁਣ ਗੱਲ ਕਰੀਏ ਨਵੀਂ ਸ਼ੇਪ ਦੀ, ਇਹ 4x4 ਆ ਭਾਜੀ, ਮੈਨੂਅਲ ਆ, ਠੀਕ ਆ, ਇਹ ਅੱਗੋਂ ਕਹਿ ਲਓ ਭਾਜੀ ਪੀੜੀ ਆ ਗਈ ਇਹਦੀ ਹਨਾ, ਹਾਂ ਨਵੀਂ ਜਨਰੇਸ਼ਨ, ਨਵੀਂ ਜਨਰੇਸ਼ਨ ਆ, ਉਹ ਫਸਟ ਸੈਕਿੰਡ ਆਈ, ਸੈਕਿੰਡ ਤੋਂ ਬਾਅਦ ਥਰਡ ਆਈ, ਠੀਕ ਆ, ਹੁਣ ਇਹਦੀ ਕੀ ਡਿਟੇਲ ਆ, ਇਹ 22 ਮਾਡਲ ਆ ਵੀਰ ਜੀ, ਤੇ ਚੱਲੀ ਇਹ 10,000 ਆ ਜੀ, ਅੱਛਾ ਜੀ, 11,000 ਆ ਜਾਂ 10,000 ਆ, ਤੇ ਕੰਪਨੀ ਚੋਂ ਸਾਰਾ ਇਹਦਾ ਵਰਕ, ਸਾਰਾ ਕੰਮ ਕੰਪਨੀ ਦਾ ਆ, ਫਸਟ ਓਨਰ ਆ, 4x4 ਆ ਮੈਨੂਅਲ, 1575 ਡਿਮਾਂਡ ਆ ਜੀ, 1575 ਡਿਮਾਂਡ ਹੈਗੀ ਆ, ਗੱਡੀਆਂ ਸਾਰੀਆਂ ਜੈਨੂਇਨ ਆ ਹਨਾ, ਹਾਂਜੀ ਹਾਂਜੀ, ਰੇਟਾਂ ਦੇ ਵਿੱਚ ਆ, ਕਾਗਜ਼ ਤੇ ਲਿਖ ਕੇ, ਤੁਸੀਂ ਬੰਦੇ ਵਧੀਆ ਹੋ, ਹਾਂ ਤੇ ਅਸੀਂ ਤੁਹਾਡੇ ਨਾਲ ਭਰਾ ਤੁਹਾਡੇ ਖੜੇ ਆ, ਤੁਹਾਨੂੰ ਕਦੀ ਲਾਂਬਾ ਦਾ ਮੌਕਾ ਨਹੀਂ ਆਊਗਾ, ਹਾਂ ਹੁਣ ਆਪਾਂ ਗੱਲ ਕਰੀਏ ਵੀਡੀਓ, ਆਪਾਂ ਗੱਡੀਆਂ ਜਿੰਨੀਆਂ ਦਿਖਾਣੀ ਸੀ ਦਿਖਾਤੀ, ਐਡਰੈਸ ਕੀ ਰਹਿਣ ਵਾਲਾ ਹੈ ਆਪਣਾ ਆ, ਆਪਣਾ ਐਡਰੈਸ ਭਾਜੀ ਬੀਐਸਐਫ ਚੌਂਕ ਦੇ ਕੋਲ ਆ, ਅੱਛਾ ਜੀ, ਲਾਡੋ ਵਾਲੀ ਰੋਡ ਤੇ ਜਦੋਂ ਆਉਂਦੇ ਹੋਣਾ, ਉੱਥੇ ਜਲੰਧਰ ਕਾਰਸ ਦੇ ਨਾਮ ਤੇ ਆਪਣਾ ਸ਼ੋਰੂਮ ਆ,